ਇਹਨਾਂ ਤਰਨ ਤਰਨ ਦੀ ਦਾਣਾ ਮੰਡੀ ਦਾਣਾ ਮੰਡੀ ਦੇ ਹਾਲਾਤ ਕਿਸ ਤਰ੍ਹਾਂ ਦੇ ਆਈ ਤੁਹਾਨੂੰ ਪਹਿਲਾਂ ਤਸਵੀਰਾਂ ਜਰੀਏ ਦਿਖਾਵਾਂਗੇ ਕਿ ਕਿ ਇਹ ਦਾਣਾ ਮੰਡੀ ਆ ਜਿਸ ਨੂੰ ਹੁਣ ਇੱਥੋਂ ਦੇ ਲੋਕ ਹੀ ਕਹਿ ਰਹੇ ਹਨ ਕਿ ਦਾਣਾ ਮੰਡੀ ਨਹੀਂ ਡੰਗਰ ਮੰਡੀ ਬਣ ਚੁੱਕੀ ਹੈ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਜਰੀਏ ਕਿ ਕਿ ਕਿੰਨੇ ਡੰਗਰ ਜਿਹੜੇ ਆ ਉਸ ਦੇ ਅੰਦਰ ਆਏ ਹੋਏ ਹਨ ਤੇ ਹਾਲਾਤ ਜਿਹੜੇ ਇੰਨੇ ਬੱਤਰ ਹੋਏ ਪਏ ਨੇ ਕਿਉਂਕਿ ਜੋ ਕਿਸਾਨ ਫਸਲਾਂ ਲੈ ਕੇ ਆ ਰਹੇ ਨੇ ਉਹਨਾਂ ਦੀਆਂ ਫਸਲਾਂ ਖਾਧੀਆਂ ਜਾ ਰਹੀਆਂ ਨੇ ਕਿਸੇ ਤਰ੍ਹਾਂ ਦੀ ਕੋਈ ਵੀ ਧਿਆਨ ਜੜਾ ਵਾ ਇਥੋਂ ਦਾ ਮੰਡੀ ਦਾ ਪ੍ਰਸ਼ਾਸਨ ਨਹੀਂ ਦੇ ਰਿਹਾ ਇੱਥੇ ਇਹ ਗੱਲਬਾਤ ਕਰਾਂਗੇ ਮੰਡੀ ਇਥੇ ਪਰ ਹਨ ਵੀ ਹਨ ਉਹਨਾਂ ਨਾਲ ਕਿ ਕੀ ਕਹਿਣਾ ਚਾਹੁੰਦੇ ਜੀ ਜਿਹੜੀ ਮੰਡੀ ਆ ਇਹ ਇਹਨੂੰ ਕੀ ਨਾਂ ਦਿੱਤਾ ਜਾਂਦਾ ਪਿਆ ਹੁਣ ਇਹਨੂੰ ਇਹ ਜਿਹੜੀ ਤਰਨ ਤਰਨ ਮੰਡੀ ਆ ਜੀ ਇਹ ਹੁਣ ਦਾਣਾ ਮੰਡੀ ਨਹੀਂ ਕਵਾਂਗੇ ਇਹਨੂੰ ਡੰਗਰ ਮੰਡੀ ਕਵਾਂਗੇ ਇਹ ਵੇਖੋ ਜੀ ਇੱਥੇ ਆਪਣਾ ਜ਼ਿਮੀਂਦਾਰ ਫਸਲ ਲੈ ਕੇ ਆਉਂਦੇ ਆ ਉਹਨਾਂ ਚਾਹ ਪੀਣ ਵੀ ਜਾਣਾ ਵਾ ਉਹ ਇਹਨਾਂ ਨੂੰ ਡੰਗਰਾਂ ਨੂੰ ਮੋੜਨ ਕਿ ਚਾਹ ਪੀਣ ਜਾਣ ਇਹ ਕਰਕੇ ਬਹੁਤ ਇਹਨਾਂ ਦਾ ਇੱਥੇ ਨੁਕਸਾਨ ਹੋ ਰਿਹਾ ਵਾ ਤੇ ਬਾਕੀ ਸਕਤੀ ਸਾਹਿਬ ਨਾ ਕੋਈ ਇੱਥੇ ਸਫਾਈ ਵੱਲ ਧਿਆਨ ਦੇਂਦੇ ਆ ਤੇ ਨਾ ਹੀ ਕੋਈ ਮੰਡੀ ਦੀ ਗੱਲ ਹੈ ਇਹ ਬਿਲਕੁਲ ਡੰਗਰ ਮੰਡੀ ਬਣ ਚੁੱਕੀ ਹੈ ਕੀ ਹਾਲਾਤ ਕਿਤਰਾ ਕਿੰਨਾ ਕੋਈ ਇੱਥੇ ਡੰਗਰ ਤੁਹਾਨੂੰ ਵੇਖ ਨੂੰ ਅੰਦਰ ਮਿਲ ਰਿਹਾ ਇੱਥੇ ਤੇ ਸੈਕਿੰਡ ਦੇ ਹਿਸਾਬ ਨਾਲ ਡੰਗਰ ਹੈ ਜੀ ਜਿੱਥੇ ਜਿਹੜੀ ਨੁੱਕਰ ਤੇ ਜਾਓ ਉਧਰ ਹੀ ਡੰਗਰ ਤੁਰੇ ਫਿਰਦੇ ਆ ਜੀ ਤੇ ਕਿਸ ਤਰ੍ਹਾਂ ਫਿਰ ਕਿਸਾਨ ਕਿੰਨੇ ਕੋਈ ਪਰੇਸ਼ਾਨ ਹੈਗੇ ਨੇ ਕਿਸਾਨ ਬਹੁਤ ਪਰੇਸ਼ਾਨ ਹੈ ਕਿਸਾਨ ਵੀ ਪਰੇਸ਼ਾਨ ਹੈ ਤੇ ਇੱਥੋਂ ਦੇ ਜਿਹੜੇ ਨਮਾਇंदे ਵਿਚਾਰੇ ਲੇਬਰ ਵਾਲੇ ਕੰਮ ਕਰਦੇ ਉਹ ਵੀ ਬੜੇ ਪਰੇਸ਼ਾਨ ਆ ਰਾਤ ਨੂੰ ਮਾਲ ਤੋਲ ਕੇ ਜਿਹੜਾ ਮਾਰ ਰਹਿ ਜਾਂਦਾ ਵਾ ਉਹ ਇਹ ਡੰਗਰ ਖਾ ਜਾਂਦੇ ਆ ਤੇ ਦਿਨੇ ਜਿਹੜਾ ਆਰਤੀਆ ਵਾ ਉਹ ਇਹਨਾਂ ਨੂੰ ਪੱਲੇਦਾਰਾਂ ਨੂੰ ਵਿਚਾਰਿਆਂ ਨੂੰ ਚੋਰ ਬਣਾਉਂਦਾ ਵਾ ਵੀ ਇਹ ਚੋਰ ਆ ਜੀ ਇਹ ਮਾਲ ਕੱਢ ਲੈਂਦੇ ਪਰ ਹੁਣ ਕਿੰਨੇ ਕੁ ਬੰਦਾ ਰਾਖੀ ਰੱਖ ਲੂਗਾ ਕਿਤੇ ਬੰਦਾ ਬਾਥਰੂਮ ਕਰਨ ਗਿਆ ਤੇ ਡੰਗਰ ਮੂੰਹ ਮਾਰ ਲੈਂਦੇ ਬੋਰੀਆਂ ਨੂੰ ਤੇ ਇਹ ਕਹਿ ਦਿੰਦੇ ਆ ਵੀ ਇਸ ਤਰ੍ਹਾਂ ਚੋਰੀ ਕਰਦੇ ਆ ਜੀ ਕੀ ਮੰਗ ਕਰਦੇ ਜੋ ਅਸੀਂ ਇਹ ਮੰਗ ਕਰਦੇ ਆ ਵੀ ਇੱਥੋਂ ਦੀ ਸਫਾਈ ਕਰਾਈ ਜਾਵੇ ਤੇ ਇਹਨਾਂ ਡੰਗਰਾਂ ਨੂੰ ਇੱਥੋਂ ਬਾਹਰ ਕੱਢ ਕੇ ਤੇ ਫਿਰ ਤੋਂ ਦਾਣਾ ਮੰਡੀ ਬਣਾਈ ਜਾਵੇ हां जेते किस तरह ਦਾ ਲੱਗ ਰਿਹਾ ਤੁਸੀਂ ਇੱਥੇ ਆਏ ਜੋ ਮੰਡੀ ਵਿੱਚ ਕੀ ਹਾਲਾਤ ਨੇ ਬਹੁਤ ਮਾੜੇ ਆ ਜੀ ਹਾਲਾਤ ਅਸੀਂ ਜਿੱਧਰ ਵੇਖਦੇ ਹਾਂ ਉਧਰ ਹੀ ਇਹ ਡੰਗਰ ਆ ਚਾਰ ਸਫੇਰੇ ਹੀ ਇਹ ਜਦੋਂ ਮਾਲ ਕਿਸਾਨ ਦਾ ਤੇ ਯਾਨੀ ਕਿ ਨੁਕਸਾਨ ਹੈ ਜਦੋਂ ਮਾਲ ਤੁਲ ਜਾਂਦਾ ਨਾ ਜੀ ਤੇ ਉਸ ਤੋਂ ਬਾਅਦ ਤੁੱਲਾ ਮਾਲ ਜਦੋਂ ਲਿਫਟਿੰਗ ਵਾਲੇ ਜਿੰਨੇ ਖਰੀਦਦੇ ਹੁੰਦਾ ਚੁੱਕਣਾਉਂਦੇ ਆ ਤੇ ਉਹ ਘਰ ਜਾਂਦਾ ਆ ਉਹ ਮਨ ਕੇ ਲੇਬਰ ਵਾਲਿਆਂ ਨੂੰ ਕਹਿੰਦੇ ਪੀ ਇਹ ਤੁਸੀਂ ਕੱਢਿਆ ਚਾਹੀ ਕਿਤਨਾ ਚੋਰੀ ਕੀਤੀ ਆ ਅਸੀਂ ਇਹੋ ਮੰਗ ਕਰਦੇ ਆਂ ਵੀ ਜਿੰਨੇ ਆ ਡੰਗਰ ਇਹ ਸਫਾਈ ਕਰਾਈ ਜਾਵੇ ਸੈਕਟਰੀ ਸਾਹਿਬ ਨੂੰ ਬੇਨਤੀ ਕਰਦੇ ਆਂ ਤੇ ਇਹਨੂੰ ਫਿਰ ਤੋਂ ਮਾਲ ਮੰਡੀ ਬਣਾਇਆ ਜਾਵੇ ਨਾ ਕਿ ਡੰਗਰ ਮੰਡੀ ਇਹ ਬਣਾਇਆ ਜਾਵੇ ਜੀ ਤੇ ਜਿਤਨਾ ਹੁਣ ਹਾਲਾਤ ਵੇਖਣ ਨੂੰ ਲੱਗਦੇ ਆ ਕੋਈ ਭਜੋਂਦੇ ਪਏ ਨੇ ਕੋਈ ਇਹ ਰੋਟੀ ਖਾਣੀ ਮੁਸ਼ਕਲ ਹੋਈ ਪੀ ਕਿਸਾਨਾਂ ਦੀ ਬਹੁਤ ਜ਼ਿਆਦੀ ਜੀ ਬਹੁਤ ਜ਼ਿਆਦੀ ਜਿਹੜਾ ਵੀ ਕਿਸਾਨ ਆਉਂਦਾ ਬਹੁਤ ਪਰੇਸ਼ਾਨ ਆ ਜੀ ਸੋ ਇਹ ਸਨ ਇਥੋ ਦੇ ਮੰਡੀ ਦੇ ਪ੍ਰਧਾਨ ਨੇ ਲੇਬਰ ਯੂਨੀਅਨ ਦੇ ਪ੍ਰਧਾਨ ਨੇ ਤਾਂ ਤੁਸੀਂ ਦੇਖ ਸਕਦੇ ਜੋ ਕਿ ਮੰਡੀ ਦੇ ਹਾਲਾਤ ਦੂਰ ਤੱਕ ਵੇਖ ਲਓ ਕਿ ਲੋਕ ਜਿਹੜੇ ਆ ਉਹ ਦੇਖੋ ਡੰਗਰ ਕਿਸ ਤਰ੍ਹਾਂ ਭਜਾਰੇ ਨੇ ਕਿਉਂਕਿ ਇੱਥੇ ਇੰਨਾ ਜ਼ਿਆਦਾ ਡੰਗਰ ਅੰਦਰ ਹੋ ਗਿਆ ਕਿ ਉਹ ਕਹਿੰਦੇ ਮੈਂ ਉਹਨਾਂ ਨੇ ਇੱਕ ਦੱਸਿਆ ਵਾ ਕਿ ਇਹ ਧਾਨਾ ਮੰਡੀ ਨਹੀਂ ਲੱਗਦਾ ਕਿ ਹੁਣ ਇਹ ਡੰਗਰ ਮੰਡੀ ਆ ਇਹ ਡੰਗਰ ਮੰਡੀ ਐਲਾਨੀ ਜਾਵੇ ਕਿਉਂਕਿ ਇੱਥੇ ਸਭ ਤੋਂ ਵੱਡੀ ਮੰਡੀ ਤਰਨਤਾਰਨ ਦੀ ਹੈ ਜਿੱਥੇ ਕਿ ਪੂਰਾ ਕਿਸਾਨ ਜਿਹੜਾ ਜ਼ਿਲ੍ਹੇ ਦਾ ਇੱਥੇ ਪਹੁੰਚਦਾ ਵਾ ਪਰ ਜੇ ਅਗਰ ਇਸੇ ਤਰ੍ਹਾਂ ਦੇ ਹਾਲਾਤ ਹੋਣਗੇ ਤਾਂ ਬਹੁਤ ਮਾੜੀ ਗੱਲ ਹੈ ਅਸੀਂ ਗੱਲ ਕਰਨਾ ਚਾਹਾਂਗੇ ਇਹ ਪੜਾ ਇਹ ਜਿਹੜਾ ਮਾਲ ਜਿਹੜੀ ਕਿ ਝੋਨਾ ਜਿਹੜਾ ਫਸਲ ਜਿਹੜੀ ਉਹ ਲੈ ਕੇ ਆਏ ਹੋਏ ਨੇ ਉਹਨਾਂ ਨਾਲ ਗੱਲ ਕਰਨਾ ਚਾਹੁੰਦੇ ਆ ਕਿ ਇੱਥੋਂ ਦੇ ਡੰਗਰਾਂ ਦੀ ਕੀ ਹਾਲਾਤ ਹੈਗੇ ਨੇ ਤੇ ਕਿੰਨਾ ਕੁ ਤੁਹਾਨੂੰ ਫਸਲ ਦਾ ਖਿਆਲ ਰੱਖਣਾ ਪੈਂਦਿਆ ਵਾ ਤੁਹਾਨੂੰ ਵੀ ਜਦੋਂ ਅਸੀਂ ਪਾਸੇ-ਵਾਸੇ ਜਾਂਦੇ ਆ ਉਸੇ ਵੇਲੇ گاਵਾ ਆ ਕੇ ਉਸੇ ਵੇਲੇ ਫਸਲ ਖਾਂਡੇ ਬੈਂਦੀਆਂ ਤੇ ਸਾਹੀਂ ਬਹੁਤ ਤੰਗ ਆ ਜੇ ਉਤਰਾਂ ਦੇਖੋ ਤੇ ਦਾਣਾ ਮੰਡੀ ਜਿਹੜੀ ਹੈ ਇਹ ਡੰਗਰ ਮੰਡੀ ਬਣੀ ਹੈ ਇਹ ਬਹੁਤ ਅਹੀਂ ਇਹਦੇ ਤੇ ਤੰਗ ਆ ਜੇ ਮੜਾ ਜੇ ਅਸੀਂ ਪਿਸ਼ਾਬ ਕਰਨ ਵੀ ਚਾਹਨੇ ਆ ਤੇ ਉਸੇ ਲਈ ਆਣ ਕੇ ਡੰਗਰ ਜਿਹੜੇ ਆ ਇੱਥੇ ਦਾਣਾ ਮੰਡੀ ਦੇ ਉੱਤੇ ਆ ਦੇਖੋ ਪਹਿਲੇ ਢੇਰੀ ਉਹਦੇ ਵਿੱਚ ਉਹਨੇ ਗਾਵਾਂ ਖਾ ਕੇ ਗਈਆਂ ਹਨ ਤੇ ਆਹ ਕੋ ਗੰਦ ਬਹੁਤ ਐ ਜਿਆਦਾ ਗਾਂ ਇਹ ਤੇ ਡੰਗਰ ਮੰਡੀ ਨਹੀਂ ਐ ਡੰਗਰ ਮੰਡੀ ਬਣੀ ਪਈ ਐ ਅਸੀਂ ਬਹੁਤ ਪਰੇਸ਼ਾਨ ਐ ਜੀ ਲੱਗਦਾ ਈ ਮੈਂ ਕਰਦੇ ਡੰਗਰ ਮੰਡੀ ਹੋਣੀ ਚਾਹੀਦੀ ਕਿ ਦਾਣਾ ਮੰਡੀ ਹੋਣੀ ਚਾਹੀਦੀ ਦਾਣਾ ਮੰਡੀ ਹੋਣੀ ਚਾਹੀਦੀ ਡੰਗਰ ਮੰਡੀ ਕਿ ਹੋਣੀ ਚਾਹੀਦੀ ਜਿਹੜੀ ਦਾਣਾ ਮੰਡੀ ਉਹ ਦਾਣਾ ਮੰਡੀ ਰਹਿਣੀ ਚਾਹੀਦੀ ਐ ਜੀ ਤੇ ਜੇ ਇਹ ਡੰਗਰ ਪਾਸੇ ਨਾ ਕੀਤੇ ਤੇ ਡੰਗਰ ਤੇ ਤੇ ਉਹਨਾਂ ਨੂੰ ਇਹਨਾਂ ਤੇ ਕਾਰਵਾਈ ਜਿਹੜੀ ਦੂਜੇ ਮੁਲਾਜ਼ਮਾਂ ਤੇ ਕੀਤੀ ਜਾਵੇਗੀ ਸੋ ਇਹ ਸੰਖੇਪ ਜਿਹੜੇ ਆਏ ਨੇ ਉਹਨਾਂ ਮੰਨਣਾ ਹੈ ਕਿ ਜਿਹੜੇ ਦੇ ਇਥੋਂ ਪ੍ਰਸ਼ਾਸਨ ਜਿਹੜੇ ਤੋਂ ਅਧਿਕਾਰੀ ਨੇ ਉਹ ਪੂਰੀ ਤਰ੍ਹਾਂ ਕੰਮ ਨਹੀਂ ਕਰ ਰਹੇ ਕਿਉਂਕਿ ਇਥੋਂ ਦੇ ਗੰਦ ਵੀ ਬਹੁਤ ਪਿਆ ਹੋਇਆ ਹੈ ਡੰਗਰ ਬਹੁਤ ਜ਼ਿਆਦਾ ਨੇ ਕਿਸਾਨਾਂ ਜਿਹੜੀ ਫਸਲ ਤੁਸੀਂ ਦੇਦੇ ਜਦੋਂ ਢੇਰੀ ਦੇ ਉੱਤੇ ਜਿਹੜੇ ਨਿਸ਼ਾਨ ਬਣੇ ਨੇ ਉਹਨਾਂ ਦੱਸਨਦਾ ਕਿ ਇਹ ਮੂੰਹ ਮਾਰ ਕੇ ਕਾਫੀ ਜੜਾ ਵਾ ਇਹ ਤੋਂ ਦਾ ਨੁਕਸਾਨ ਉਹਨਾਂ ਦਾ ਕਰ ਜਾਂਦੀ ਇਹਨਾਂ ਨੇ ਮੰਗ ਕੀਤੀ ਹੈ ਕਿ ਇਸ ਮੰਡੀ ਦੀ ਪੂਰੀ ਸਫਾਈ ਅਤੇ ਜੋ ਡੰਗਰ ਹਨ ਉਹਨਾਂ ਨੂੰ ਜਲਦ ਤੋਂ ਜਲਦ ਬਾਹਰ ਭਜਾਇਆ ਜਾਵੇ ਕਿ ਹੋਰ ਥੋੜੇ ਦਿਨਾਂ ਦੋ ਮਹੀਨੇ ਤੱਕ ਸੀਜ਼ਨ ਜਿਹੜਾ ਵਾ ਉਹ ਸ਼ੁਰੂ ਹੋ ਜਾਣਾ ਹੈ ਪਰ ਜੇ ਇਹ ਹਾਲਾਤ ਰਹ ਵਿਜੇ ਕੁਮਾਰ ਜਗਬਨੀ ਟੀਵੀ ਤਰਨਤਾਰਨ